ਮਨ ਭਾਵ ਦੇ ਹੁਕਮ ਕੀਏ ਮਨ ਭਾਵ ਦੇ ਗਾ ਭੀੜੇ ਕੈ ਜਾਣਾ ਨੰਗਾ ਦੁਜਕ ਚਲਿਆ ਮਾਂ ਦਾ ਦਰਜਾ ਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭਨਾਂ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਬਿਨਾਂ ਸੱਖਣੀ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ ਅਤੇ ਮਾਂ ਵਾਲੇ ਇਹਨਾਂ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸਰਦਾਰਨੀ ਕਮਲਜੀਤ ਕੌਰ ਜੀ। ਸਰਦਾਰਨੀ ਕਮਲਜੀਤ ਕੌਰ ਜੀ ਇੱਕ ਬਹੁਤ ਹੀ ਚੰਗੇ ਸੰਸਕਾਰੀ ਔਰਤ ਸਨ। ਆਪ ਜੀ ਦਾ ਪਰਮਾਤਮਾ ਪ੍ਰਤੀ ਆਧਾਰ ਵਿਸ਼ਵਾਸ ਸੀ। ਆਪ ਜੀ ਨੇ ਆਪਣੇ ਹੀ ਅਪਣਾਏ ਹੋਏ ਮਾਰਗ 'ਤੇ ਆਪਣੇ ਬੱਚਿਆਂ ਨੂੰ ਵੀ ਚੱਲਣ ਦੀ ਸਿੱਖਿਆ ਦਿੱਤੀ। ਬੀਤੇ ਦਿਨੀ ਸਰਦਾਰਨੀ ਕਮਲਜੀਤ ਕੌਰ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਸ਼੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਪਾਏ ਗਏ। ਸਰਦਾਰਨੀ ਕਮਲਜੀਤ ਕੌਰ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਹਰਪ੍ਰੀਤ ਸਿੰਘ, ਹਰਸਿਮਰਤ ਕੌਰ ਪੁੱਤਰ ਨੂੰ, ਜਸਲੀਨ ਖਹਿਰਾ, ਗੁਰਮਿੰਦਰ ਸਿੰਘ ਖਹਿਰਾ ਧੀ ਜਵਾਈ, ਜੈਵੀਰ, ਅਰਜੁਨ ਵੀਰ ਦੋਤੇ, ਰੁਬਾ ਪੋਤਰਾ, ਸਮਰ ਪ੍ਰਤਾਪ ਪੋਤਰਾ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਆ ਰਹੇ ਹੋ
ਅਜੇ ਤਾਂ ਹੈ ਨੀ ਯਾਰ ਬਣਾ ਦਿੰਦੇ ਹਾਂ ਯਾਦਵਿੰਦਰ ਚਾਚੇ ਨੂੰ ਮਿਲ ਲਿਆ ਮੈਂ ਨਾਮ ਹਾਂ ਮਿਲ ਲਿਆ ਬਿੱਲੂ ਨੂੰ ਮੈਂ ਸਭ ਨੂੰ ਮਿਲਿਆ ਬਿੱਲੂ ਨੂੰ ਮੈਂ ਸਭ ਨੂੰ ਮੈਂ ਪਹਿਲਾਂ ਮਿਲ ਗਿਆ ਤੈਨੂੰ ਨਹੀਂ ਜਗਸੀਰ ਟਾਈਮ ਕੀ ਹੋ ਗਿਆ ਸੰਗ ਲਿਆ ਲਿਆਈ ਸਾਰੇ ਬੰਦੇ ਅੰਦਰ ਬਿਠਾ ਦੇ ਜਾਇਦ ਨੂੰ ਘਾਵਰੇ ਆਣਾ ਇਹਨੂੰ ਘਾਵਰੇ ਆਣਾ ਇੱਥੇ ਖਾਣਾ ਆਪਾਂ ਨੇ ਜਾਇਦ ਨੂੰ ਘਾਵਰੇ ਖਾਣਾ ਇੱਥੇ ਜਿਹੜੀ ਵੀ ਆਪਾਂ ਨੇ ਖਾਣਾ ਬਣ ਰਹੀਆਂ ਮੂਵੀ ਤੇਰੀ ਟੀਵੀ ਚ ਆਉਣੀ ਆ ਉਧਰੋਂ ਮੇਰਾ ਕਰਨਾ ਉਧਰ ਦੇਖ ਪਾਈ ਬਣਾ ਦਿੱਤੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਲਾ ਤੇਰਾ ਛੋਟੇ ਹੋ ਗਏ ਜਿਸਕੇ ਜੀ ਪਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ
ਕੱਪੜ ਰੂਪ ਸੁਣਾ ਤੇ ਮਨ ਭਾਮ ਦੇ ਹੁਕਮ ਕੀਏ ਮਨ ਭਾਮ ਦੇ ਖੁਦਾ ਭੀੜੇ ਕੈ ਜਾਣਾ ਨੰਗਾ ਦੁਜਕ ਚਲਿਆ ਖਰਾ ਰਾਵਣਾ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਨਹੀਂ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਕਿਰਤੇ ਰਗਨੀਨੀ ਹਰ ਮੇਰੀ ਅਬ ਤਬ ਜਬ ਕਬ ਅਬ ਤਬ ਜਬ ਕਬ ਤੂੰ ਹੀ ਹਮ ਤੋ ਪਰਸਾ ਸੁਖੀ ਸਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿ
Jis maan dukh pe
ਤੇਰਾ ਪਾਰ ਨਾਮ ਜਿੰਦ ਤੇ ਅਦਾ ਤੇਰਾ
ਕਾਹੇ ਬਿਸਰਾ
ਸਤਿਗੁਰਾਂ ਜੀ ਦੇ ਚਰਨਾਂ ਦਾ ਉਲਟ ਆਸਰਾ ਤੱਕ ਕੇ ਆਪਸ ਨੂੰ ਸਖੀ ਸੰਬੰਧੀ ਰਿਸ਼ਤੇਦਾਰਾਂ ਨੂੰ ਸੰਤੀ ਰੂਪ ਵਿੱਚ ਇਕੱਤਰ ਕਰਕੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਉਸ ਵਿੱਚ ਵੀਰੂ ਦਿਨ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਰਹੇ ਹਨ। ਕਹੈ ਕਬੀਰ ਸੁਨਹੋਰੇ ਸੰਤੋ ਖੇਤੀ ਕਰੋ ਨਾ ਬੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਹੋਰ ਨਾ ਭੁੱਲ ਤੇਰਾ, ਕਿਉਂਕਿ ਇਹ ਜੀਵ ਭੁੱਲਣ ਹਾਰ ਹੈ। ਸੰਸਾਰ ਦੀ ਯਾਤਰਾ ਕਰਦਿਆਂ ਅਸੀਂ ਬੇਅੰਤ ਹੀ ਜਾਣੇ ਅਣਜਾਣੇ ਵਿੱਚ ਬੇਅੰਤ ਹੀ ਭੁੱਲਾਂ ਗਲਤੀਆਂ ਕਰਦੇ ਹਾਂ ਤੇ ਸਤਿਗੁਰਾਂ ਦੇ ਵਿੱਚ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਤਿਗੁਰ ਜੀ ਭੁੱਲਣ ਹਾਰ ਜੀਵ ਹਾਂ, ਆਪ ਬਖਸ਼ੰਦ ਪਿਤਾ ਹੋ, ਕਿਰਪਾ ਕਰਕੇ ਉਸ ਵਿਛੜੀ ਰੋਹ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ। ਭੁੱਲਾਂ ਨਾ ਚਿਤਾਰਦੇ ਹੋਏ ਪਿੱਛੇ ਸੇਵਕ ਪਰਿਵਾਰ ਨੂੰ ਭਾਣੇ ਅੰਦਰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜਨ ਬਖਸ਼ਣਾ। ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਭਾਵ ਜਿਹੜਾ ਵੀ ਸਰੀਰ ਕਰਕੇ ਸਮਾਤ ਲੋਕ ਧਰਤੀ ਤੇ ਆਇਆ ਹੈ, ਸਤਿਗੁਰ ਕਹਿੰਦੇ ਆਪਣੀ ਵਾਰੀ ਅਧੀਨ ਸਭਨਾਂ ਨੇ ਇਸ ਨਾਸਵੰਤ ਸੰਸਾਰ ਤੋਂ ਚਲਾ ਜਾਣਾ। ਜੋ ਉਪਜਿਓ ਸੋ ਬਿਨਸ ਹੈ, ਭਾਵ ਜਿਹਦੀ ਪੈਦਾਵਾਰ ਹੋਈ ਹੈ ਉਹ ਗੱਲ ਵੱਖਰੀ, ਕਿਸੇ ਨੇ ਬਚਪਨ ਵਿੱਚ, ਕਿਸੇ ਨੇ ਜਵਾਨੀ ਵਿੱਚ ਤੇ ਕਿਸੇ ਨੇ ਬਿਰਧ ਅਵਸਥਾ ਵਿੱਚ।
ਰੇ ਨਾਰ ਇਹ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਪਨਾ।